दे लेंगे। मान तू गोल किया भाई। हाँ एक गल आ रही है, 5 साल बाद हाकी चुकी है हम टूरनामेंट खेलने लगे ने। टूरनामेंट जो बड़े 7 टूरनामेंट जीत गई थी ते मान ने गोल किया बहुत वधिया 14 नंबर गेट दे सज्जा वाल वालों साडा भाई सत्तू रत्तोवाल ते अजू सरदार ते कालू टुड्डी गए ते नाल साडे वीर सुख साहिब जी उन्हां वल्लों 500 रुपए का नाम 14 नंबर कैट दे विच जिहड़ा खिडारी सज्जा वाल दा मान उन्हां दे लई स्पैशल ते जिहड़ी टीम चलदे मैच दे विचों जित्तूगी मास्टर रवन सिंह जी सज्जा वाल वल्लों 500 रुपए का नाम। हाँ जी उधरों जसविंदर सिंह जी चाहल सज्जा वाल क्रेडा वाल उन्हें वालों हर एक गोल पे 5000 रुपया रखा जा रहा सज्जा वाल की टीम साढ़े बहुत ही सत्कार जो जसविंदर सिंह जी चाहल सज्जा वाल क्रेडा वाल उन्हें वालों 5000 रुपया रखा जा रहा हर एक गोल पे सज्जा वाल की टीम हाँ जी साढ़े भाई कालू टुड्डी के इन्हों वालों 200 रुपए का इनाम मान दे 14 नंबर किट के जिन्हें गोल किया 500 रुपया साढ़े वीर भाई सत्तू रत्तोवाल अंजू साढ़ा वीर सरदार सुख चाहल इन भरावों वालों इनाम मान दे लई। हां जी जसोवाल की टीम का लो जी 500 मिंटू वीर ने हमने लाया थी कहना भी जसोवाल का कोई भी बराबर गोल करो तो 500 मेरे वालों लो मिंटू का हाँ ठीक है 500 रुपया मिंटू वीर वालों पंच वालों जसोवाल की टीम ने किया गोल
ਸਰਪੰਚ ਨੇ ਆ ਭਾਈ 14-14 ਵਾਲੇ ਨੰਬਰ ਵਾਲਾ ਅੱਜ ਸਾਗੇ 14 ਨੰਬਰ ਇਹਦਾ ਤੇ 14 ਹੀ ਹੁੰਦਾ ਵਾ ਹਾਂ ਦੋਨੇ ਟੀਮਾਂ ਦੇ ਵਿੱਚ 14-14 ਨੰਬਰ ਵਾਲੇ ਨੇ ਗੋਲ ਕੀਤਾ 14-28 ਬਣ ਗਏ ਤਾਂ ਦੋਨੇ ਠੀਕ ਆ ਉਹ ਕਹਿੰਦਾ 14 ਨੰਬਰ ਵਾਲਾ ਜੇ ਤੂੰ ਗੋਲ ਕਰਦਾ 14 ਨੰਬਰ ਵਾਲਾ ਮਹਿਮੀ ਗੋਲ ਕਰੂਗਾ ਆ ਵੀਰਾਂ ਨੂੰ ਬੇਨਤੀ ਭਾਈ ਇੱਧਰ ਸੀਟੀਆਂ ਨਾ ਮਾਰੋ ਇਹਨਾਂ ਨੂੰ ਰੋਕੋ ਵੀਰਾਂ ਸੀਟੀਆਂ ਨਾ ਮਾਰੋ ਉਧਰੋਂ ਉਹਨਾਂ ਨੂੰ ਤਾੜੀਆਂ ਮਾਰਦੇ ਕਰੋ ਸੀਟੀਆਂ ਨਾ ਮਾਰੋ
ਬਹੁਤ ਹੀ ਵਧੀਆ ਮੈਚ ਚੱਲਦਾ ਹੋਇਆ ਸੱਜਾਵਾਲ ਤੇ ਜੱਸੋਵਾਲ ਦੀਆਂ ਟੀਮਾਂ ਦਾ ਕਿਉਂਕਿ ਗੋਲਡ ਹਾਕੀ ਕੱਪ ਦੀ ਗੱਲ ਹੈ। ਜੇ ਸੱਜਾਵਾਲ ਦੀ ਟੀਮ ਗੋਲ ਕਰਦੀ ਆ ਤੇ ਕਾਲੂ ਕੁੱਟੀ ਕੇ ਤੇ ਪਟਵਾਰੀ ਸੱਜਾਵਾਲ ਵੱਲੋਂ 500 ਰੁਪਏ ਦਾ ਇਨਾਮ ਦਿੱਤਾ ਜਾਣਾ ਜੇ ਟੀਮ ਸੱਜਾਵਾਲ ਦੀ ਗੋਲ ਕਰਦੀ ਹੈ। ਤੇ ਉਧਰੋਂ ਜਸਵਿੰਦਰ ਸਿੰਘ ਦੀ ਚਾਲ ਕੈਨੇਡਾ ਵਾਲੇ ਉਹਨਾਂ ਵੱਲੋਂ 5000 ਰੁਪਇਆ ਦਿੱਤਾ ਜਾਣਾ ਹਰ ਇੱਕ ਗੋਲ ਤੋਂ।
ਹਾਕੀ ਦਾ ਬਹੁਤ ਹੀ ਵਧੀਆ ਮੈਚ ਚੱਲਦਾ ਸੱਜਾ ਵਾ ਤੇ ਸੱਸੋਵਾਲ ਦੀਆਂ ਟੀਮਾਂ ਕਿਉਂਕਿ ਹਾਕੀ ਗੋਲਡ ਕੱਪ ਇੱਕ ਤੋਲੇ ਦਾ ਦਿੱਤਾ ਜਾਣਾ ਅਭੀ ਥੋੜਾ ਥੋੜਾ ਮਗਰ ਨੂੰ ਹਟ ਜਾਓਗੀ ਹਾਂਜੀ ਬੇਨਤੀ ਹੈ ਵਧੀਆ ਖਿਡਾਰੀ ਹੈ ਕਿਸੇ ਅੰਪਾਇਰ ਸਾਹਿਬ ਨੂੰ ਤੁਸੀਂ ਬੋਲਣਾ ਨਹੀਂ ਜੋ ਫੈਸਲਾ ਉਹਨਾਂ ਦਾ ਗੱਲ ਮੰਨਿਆ ਜਾਣਾ ਪ੍ਰਬੰਧ ਕਮੇਟੀ ਦਾ ਫੈਸਲਾ ਵਧੀਆ ਖਿਡਾਰੀ ਹੈ ਤੁਸੀਂ ਲਓ ਜੀ ਹੁਣ ਮੌਕਾ ਸੱਜਾਵਾਲ ਦੀ ਟੀਮ ਇੱਕ ਇੱਕ ਗੋਲ ਦੇ ਨਾਲ ਟੀਮਾਂ ਮੈਚ ਖੇਡਦੀਆਂ ਹਨ ਹੁਣ ਮੌਕਾ ਸੱਜਾਵਾਲ ਦੀ ਟੀਮ ਨੂੰ
ਲਓ ਜੀ ਉਧਰ ਕਿਹੜੇ ਲੀਡਰ ਵੀ ਬੈਠਿਆ ਉਹਦਾ ਦੇਖੋ ਪੱਤਿਆਂ ਨਾਲ ਬਹੁਤ ਹੀ ਵਧੀਆ ਮੈਚ ਕਿਉਂਕਿ ਇੱਕ ਤੋਲੇ ਦਾ ਗੋਲਡ ਕੱਪ ਦਿੱਤਾ ਜਾਣਾ 31 ਤੇ 21,000 ਦੇ ਇਨਾਮ ਜੇ ਸੱਜਾ ਵੱਲ ਦੀ ਗੋਲ ਟੀਮ ਕਰੂਗੀ ਤਾਂ ਪਟਵਾਰੀ ਵੀਰ ਵੱਲੋਂ ਤੇ ਕਾਲੂ ਟੁੱਡੀਕਾ ਵੱਲੋਂ 500 ਰੁਪਏ ਦਾ ਇਨਾਮ ਜੇ ਟੀਮ ਗੋਲ ਕਰਦੀ ਹੈ ਤਾਂ 5,000 ਰੁਪਏ ਦਾ ਇਨਾਮ ਜਸਵਿੰਦਰ ਸਿੰਘ ਜੀ ਚਾਹਲ ਕੈਨੇਡਾ ਵਾਲੇ ਸੱਜਾ ਵੱਲ ਵਾਲੇ ਉਹਨਾਂ ਵੱਲੋਂ ਦਿੱਤਾ ਜਾਣਾ ਹਰ ਇੱਕ ਗੋਲ ਤੇ 5,000 ਸੱਜਾ ਵੱਲ ਦੀ ਟੀਮ ਦੇ ਲਈ ਜਿਹੜੀ ਟੀਮ ਜਿੱਤੂਗੀ ਮਾਸਟਰ ਹਰਮਨ ਸਿੰਘ ਜੀ ਸੱਜਾਵਾਲ ਉਹਨਾਂ ਵੱਲੋਂ 500 ਰੁਪਏ ਦਾ ਇਨਾਮ ਮਾਸਟਰ ਰਵਨ ਸਿੰਘ ਜੀ ਸੱਜਾਵਾਲ ਵੱਲੋਂ
ਨਹੀਂ ਵੀ ਆਏ ਨੀ, ਮਾੜੀ ਗੱਲ ਆ, ਖੇਡਣਾ ਆ ਪਿਆਰ ਨਾਲ, ਪਿਆਰ ਦਾ ਸਬੂਤ ਦਿਓ। ਹਾਂ ਆਪਾਂ ਸਾਰੇ ਇੱਧਰ ਮਗਰ ਕਰ ਲਈ, ਇਹਨਾਂ ਮਗਰ ਹੋ ਜਾਓ ਵੀ, ਮਗਰ ਹੋ ਜਾਓ ਸਾਰੇ, ਮਗਰ ਹੋ ਕੇ ਬੈਠ ਕੇ ਆਨੰਦ ਮਾਣੋ। ਨਹੀਂ ਨਹੀਂ ਤੁਸੀਂ ਬਾਹਰ ਹੋ ਜਾਓ ਵੀ, ਖਰਾਰੀਆਂ ਤਾਂ ਕੰਮ ਖੇਡਣਾ, ਬਾਹਰ ਹੋ ਜਾਓ ਤੁਸੀਂ, ਬਾਹਰ ਹੋ ਜਾਓ, ਸੱਜਾ ਵਾਂਗ ਨੂੰ ਬੇਨਤੀ ਹੈ, ਮਗਰ ਹੋ ਜਾਓ ਵੀ। ਆਪਾਂ ਜਿਹੜੇ ਬੈਠੇ ਵੀ ਲਾਈਨਾਂ ਦੇ ਉੱਪਰ ਬੈਠੇ ਹਾਂ, ਮਗਰ ਹੋ ਜਾਓ ਬਲਜਿੰਦਰ, ਇਹਨਾਂ ਨੂੰ ਬਾਹਰ ਲੈ ਕੇ ਜਾਓ, ਸੱਜਾ ਵਾਂਗ ਦੇ ਜਿੰਨੇ ਵੀ ਫੇਮਸ ਸਪੋਰਟਰ ਨੇ, ਬਾਹਰ ਹੋ ਜਾਓ ਆਪਣੇ ਆਪ। ਪਿਆਰ ਨਾਲ ਯਾਰ, ਪਿਆਰ ਨਾਲ, ਜੋ ਪਿਆਰ ਆ ਉਹਦੇ ਅੱਗੇ ਰੇਸ ਨਹੀਂ, ਪਿਆਰ ਨਾਲ ਸਾਰੇ ਬੈਠ ਜਾਓ ਸਾਰੇ, ਬਾਕੀ ਦੇ ਵੀਰ ਬਾਹਰ ਹੋ ਜਾਓ ਗਰਾਊਂਡ ਤੋਂ, ਮੈਚ ਇਹਨਾਂ ਖਿਡਾਰੀਆਂ ਨੂੰ ਚੱਲਣ ਦੋ। ਬਾਹਰੋਂ ਕੋਈ ਕੋਈ ਵੀ ਵੀਰ ਨਾ ਬੋਲੋ, ਬੇਨਤੀ ਹੈ, ਇਹ ਖਿਡਾਰੀ ਖੇਡਦੇ ਆ, ਇਹਨਾਂ ਨੇ ਜਿੱਤਣਾ ਹਾਰਨਾ। ਬਾਕੀ ਦੇ ਵੀਰ ਪਰੇ ਹਟ ਜਾਓ, ਜਦੋਂ ਗੋਲ ਹੁੰਦਾ ਜਾਂ ਤਾੜੀ ਮਾਰ ਦਿਆ ਕਰੋ, ਫਾਲਤੂ ਰੌਲਾ ਨਾ ਪਾਇਆ ਕਰੋ। ਸਾਰੇ ਵੀਰਾਂ ਨੂੰ ਬੇਨਤੀ ਆ, ਟੀਮਾਂ ਦੋਨੇ ਹੀ ਆਪਣੀਆਂ 32 ਟੀਮਾਂ, ਜੋ ਦੋਨੇ ਟੀਮਾਂ ਖੇਡ ਕੇ ਫਾਈਨਲ ਚ ਗਈਆਂ, ਜੱਸੋਵਾਲ ਤੇ ਸੱਜਾਵਾਲ, ਮੈਚ ਦਾ ਆਨੰਦ ਮਾਣੋ, ਨਾ ਕਿ ਇਸ ਨੂੰ ਆਪਾਂ ਕਿਸੇ ਹੋਰ ਢੰਗ ਨਾਲ ਕਿਸੇ ਹੋਰ ਪਾਸੇ ਲਿਜਾਈਏ। ਤੋਂ ਸਾਰੇ ਪਲੇਅਰਾਂ ਨੂੰ ਬੇਨਤੀ ਆ, ਸਾਰੇ ਜਾਣੇ ਗਰਾਊਂਡ ਤੋਂ ਬਾਹਰ ਹੋਈ, ਬੇਨਤੀ ਆ ਵੀ ਸੱਜਾ ਵਾਲ ਦੇ ਚਾਹੇ ਵੀਰ ਨੇ ਮਗਰ ਹਟਦੇ ਲੈਣ ਦੋ, ਆਪਣੇ ਆਪ ਨੂੰ ਛੋਟੇ ਆਪ ਦੇ ਬੱਚੇ ਖੇਡਦੇ, ਮਗਰ ਹਟਦੇ ਨਾ, ਇੱਧਰ ਵੀ ਰੌਲਾ ਪਾਉਣ ਨਾ ਉੱਧਰ, ਸਰ ਤੇ ਸਰ ਇਹਨਾਂ ਦੀ ਗੇਮ ਦੇਖੋ, ਇਹ ਟੀਮਾਂ ਜਿੱਤਣੀਆਂ, 32 ਟੀਮਾਂ ਤੋਂ ਨਿੱਤਰ ਕੇ ਲਈਆਂ, ਤੁਸੀਂ ਇੰਨਾ ਹੌਸਲਾ ਦੇਖੋ। ਦੋ ਟੀਮਾਂ ਆਪਣੇ ਨਗਰ ਦੀਆਂ ਏਰੀਏ ਦੀਆਂ ਟੀਮਾਂ, ਜੱਸੋਵਾਲ ਤੇ ਸੱਜਾਵਾਲ, ਹਾਂਜੀ ਤੁਸੀਂ ਵੀ ਮਗਰ ਮਰ ਦਿਓ ਜੀ, ਹਾਂਜੀ ਧੰਨਵਾਦ।
हाँ जी साढ़े बड़े भरा भाई काला अमरीक कोटला उन्होंने नाल उन्होंने दोस्त मित्र पहुंचे ने असं जी एन आखते हैं भाई काला अमरीक कोटला वो भी साढ़े दरम्यान भरमी हाजरी लगा आए हैं उन्होंने भी बहुत बहुत धन्यवाद है जी जी एन जिते साढ़े दरम्यान साढ़े भाई सत्तू रत्तोवाल सुख रत्तोवाल अंजू साढ़ा वीर सरदार बैठे ने उत्थे काला वीर मरीन कोटला उन्होंने नाल उन्होंने दोस्त मित्र पहुंचे ने असं उन्हों का बहुत बहुत धन्यवाद करते हैं रूमी ने खेड मेले से हार्दिक स्वागत करते हैं जी है भाई काला मरीन कोटला लो जी जसोवाल की टीम के हक के पलंटी मिलती हुई असं दोबारा फिर धन्यवाद करते हैं साढ़े भाई काला अमरीक कोटला अपने दोस्त मित्रों मंडली के पहुंचे ने असं उन्होंने बहुत बहुत धन्यवाद करते हैं हॉकी गोल्ड कप टूर्नामेंट रोमी के खेड मेले से पहुंचने से जी हाँ लो जी हम पलंटी मिली है जसोवाल की टीम को अपनी रणनीति को करते हुए खेड ग्राउंड खिडारी उधर समा बीत चुका अद्धा समा बीत गया टीम की समय मुताबक अद्धा समा जिहड़ा खत्म अद्धा बाकी मैच का वाटर ब्रेक तो बाद दोबारा फिर गेम शुरू पलंटी तो बाद वाटर ब्रेक दोनों टीमों की होनी है अपनी ब्योतबंदी को बनाते हुए पूरी फौज जी डी के उपर तैनात लो जी बहुत ही वधिया गोल बचाया गया गोलकीपर वालों गोलकीपर ने बल्ले बल्ले करवाई दोनों टीमों का बहुत बहुत धन्यवाद हजे तक टीमों दोनों अपनी खेड का जोर दिखाई हुई खेड मैदान वाटर ब्रेक दोनों टीमों की साढ़े भाई रवन उन्होंने वालों जितने वाली टीम को मास्टर जी वालों मास्टर रवन सिंह जी उन्होंने वालों 500 रुपए का इनाम दिता जाना अजे तक दोनों टीम एक एक गोल की बराबरी से चल रही हुई एक खेड मेले का रिकॉर्ड दोनों टीमों के 14-14 नंबर ने कहते एक एक गोल किया 14 नंबर सज्जा वाल ने पहला गोल किया जसोवाल की टीम के 14 नंबर किट के जिहड़ा उन्हां वल्लों गोल किया गया यह अज के हॉकी गोल्ड कप का जिहड़ा नाम सुनहरी अखर के 14-14 नंबर जिहड़े खेड मेले के लकी नंबर ने क्योंकि दोनों के 14-14 नंबर किट के खिडारियों ने गोल किया उधरों अपनी टीमों आपो अपने जिहड़े खेड सपोर्टर ने सजा देंदे हुए मोहन हांस उगे को जसो वाली टीम दे उन्हां वल्लों अपने खिडारी नूं जो खेड ग्राउंड दे विच खेडण लई
ਵਧੀਆ ਕੋਚ ਮੋਨੂ ਹਾਂਸ ਤੇ ਉਧਰ ਸੱਜਾਵਾਲ ਦੀ ਟੀਮ ਦੇ ਜੋ ਸਪੋਰਟਰ ਨੇ ਆਪਣੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕਰਦੇ ਹੋਏ ਔਰ ਉਹਨਾਂ ਦੀ ਗਲਤੀਆਂ ਦਾ ਅਸਾਹ ਦਵਾਉਂਦੇ ਹੋਏ ਉਧਰ ਮੋਨੂ ਹਾਂਸ ਕਿਉਂਕਿ ਟੀਮਾਂ ਜਿੱਥੇ 31,000 ਦਾ ਇਨਾਮ ਮਨਦੀਪ ਸਿੰਘ ਦੀ ਮਾਨਾ ਉੱਗੇ ਖੇਡ ਪ੍ਰਮੋਟਰ ਯੰਗ ਕਲੱਬ ਕੈਨੇਡਾ 31,000 ਰੁਪਏ ਦਾ ਇਨਾਮ ਦੂਜਾ ਇਨਾਮ ਸਾਡਾ ਵੀਰ ਗਗਨਾ ਹਾਕੀ ਖਿਡਾਰੀ ਰੋਮੀ ਕੈਨੇਡਾ ਤੇ ਲਵਪ੍ਰੀਤ ਸਿੰਘ ਜੀ ਆਸਟ੍ਰੇਲੀਆ ਉਹਨਾਂ ਵੱਲੋਂ 21,000 ਰੁਪਏ ਦਾ ਇਨਾਮ ਹਾਂਜੀ ਬਹੁਤ ਬਹੁਤ ਧੰਨਵਾਦ ਸੁਖਜੀਤ ਸਿੰਘ ਜੀ ਕਾਕਾ ਸਾਡੇ ਵੀਰ ਪੀ ਐਨ ਵੀ ਜੋ ਜਿੰਨੇ ਵੀ ਇੰਡੀਅਨ ਇੰਡੀਆ ਦੇ ਵਿੱਚ ਟੂਰਨਾਮੈਂਟ ਖੇਡੇ ਜਾਂਦੇ ਆ ਤਾਂ ਬੈਸਟ ਪਲੇਅਰ ਹੋਣ ਦਾ ਮਾਣ ਹਾਸਲ ਹੁੰਦਾ ਉਸ ਖਿਡਾਰੀ ਨੂੰ ਸੁਖਜੀਤ ਸਿੰਘ ਜੀ ਕਾਕਾ ਪੀ ਐਨ ਵੀ ਉਹ ਵੀ ਸਾਡੇ ਦਰਮਿਆਨ ਅਚੇਚੇ ਤੌਰ 'ਤੇ ਪਹੁੰਚੇ ਨੇ ਅਸੀਂ ਜੀਆ ਨੂੰ ਆਖਦੇ ਹਾਂ ਜਿੱਥੇ ਸਾਡੇ ਵੀਰ ਬਾਈ ਸੱਤੂ ਰੱਤੋਵਾਲ ਅਤੇ ਨਾਲ ਸੁੱਖ ਰੱਤੋਵਾਲ ਅਤੇ ਅੰਜੂ ਸਰਦਾਰ ਜੀ ਪਹੁੰਚੇ ਨੇ ਉੱਥੇ ਨਾਲ ਸਾਡਾ ਭਰਾ ਕਾਲਾ ਅਮਰੀਤ ਟੋਟਲਾ ਉਹਨਾਂ ਦੇ ਨਾਲ ਉਹਨਾਂ ਦੇ ਦੋਸਤ ਮਿੱਤਰ ਉਹਨਾਂ ਦੀ ਮੰਡਲੀ ਪਹੁੰਚੀ ਹੈ ਉਹਨਾਂ ਦਾ ਵੀ ਧੰਨਵਾਦ ਦਿੱਤੀ ਹੈ ਅੱਧੇ ਸਮੇਂ ਤੋਂ ਬਾਅਦ ਸਾਈਡਾਂ ਚੇਂਜ ਸੱਜਾਵਾਲ ਰੋਮੀ ਪਿੰਡ ਵੱਲ ਤੇ ਦੱਸੋਵਾਲ ਦੀ ਟੀਮ ਜਿਹੜੀ ਉਹ ਚਲੀ ਗਈ ਹੈ ਆਪਣੇ ਖੇਤਾਂ ਵੱਲ ਫਾਈਨਲ ਮੈਚ 31 ਇਨਾਮ ਹਰਮਨ ਦਿਓਲ ਵੱਲੋਂ ਜੋ ਹਾਕੀ ਦਾ ਇੱਕ ਤੋੜੇ ਦਾ ਗੋਲਡ ਕੱਪ ਟੀਮਾਂ ਨੂੰ ਦਿੱਤਾ ਜਾਣਾ ਜਿਹੜੀ ਵੀ ਟੀਮ ਫਸਟ ਰਹੂਗੀ ਇਹ ਇਨਾਮ ਮਨਦੀਪ ਸਿੰਘ ਜੀ ਮਾਨਾ ਦਿਓਲ ਸਾਡੇ ਵੀਰ ਉੱਗੇ ਖੇਡ ਪ੍ਰਮੋਟਰ ਉਹਨਾਂ ਦੀ ਮਾਤਾ ਜੀ ਉਹਨਾਂ ਨੇ ਆਪਣੇ ਹਰ ਕਮਲਾਂ ਦੇ ਨਾਲ ਇਹ ਜਿਹੜਾ ਇਨਾਮ ਦੇਣਾ
ਹਾਕੀ ਦਾ ਬਹੁਤ ਹੀ ਵਧੀਆ ਮੈਚ ਖੇਡ ਪ੍ਰੇਮੀ ਤੇ ਸਾਡੇ ਮੰਚ ਤੇ ਬੈਠੇ ਮਹਿਮਾਨ ਖੂਬ ਆਨੰਦ ਮਾਣਦੇ ਹੋਏ ਮੈਚਾਂ ਦਾ ਲਓ ਜੀ ਹੁਣ ਸੱਜਾਵਾਲ ਦੀ ਟੀਮ ਨੂੰ ਉਹਨਾਂ ਦੇ ਹੱਕ ਦੇ ਵਿੱਚ ਪਲੰਟੀ ਮਿਲਦੀ ਹੋਈ ਇਸ ਪਲੰਟੀ ਦਾ ਲਾਭ ਉਠਾਉਂਦੇ ਜਾਂ ਨਹੀਂ ਜਾਂ ਫਿਰ ਰੋਕਣ ਦੇ ਵਿੱਚ ਕਾਮਯਾਬ ਹੁੰਦੀ ਹੈ ਜੱਸੋਵਾਲ ਦੀ ਟੀਮ ਬਹੁਤ ਹੀ ਵਧੀਆ ਇਲਾਕੇ ਦੀਆਂ ਮੰਨੀਆਂ ਪ੍ਰਮੰਨੀਆਂ ਟੀਮਾਂ ਜੱਸੋਵਾਲ ਤੇ ਸੱਜਾਵਾਲ ਬਹੁਤ ਬਹੁਤ ਧੰਨਵਾਦ ਸਾਡੇ ਬਾਈ ਬੰਟੀ ਜੀ ਤੇ ਨਾਲ ਸੁਖਜੀਤ ਸਿੰਘ ਜੀ ਕਾਕਾ ਜੋ ਸਾਡੇ ਬਹੁਤ ਹੀ ਵਧੀਆ ਹਾਕੀ ਦੇ ਪਲੇਅਰ ਨੇ ਤੇ ਨਾਲ ਬਾਈ ਸੰਤੋਖ ਸਰਦਾਰ ਰਤੋਵਾਲ ਬਹੁਤ ਹੀ ਵਧੀਆ ਟੀਮਾਂ ਭਾਵੇਂ ਦੋਨੇ ਚੰਗੀਆਂ ਪਰ ਕੱਲ ਕਹਿੰਦੇ ਗੋਲਡ ਕੱਪ ਤੇ ਮੁੱਕਣੀ ਤੇ ਜਿਹੜਾ ਇੱਕ ਥੋੜੇ ਦਾ ਤੇ ਜਿਹਨਾਂ ਨੇ ਟੀਮਾਂ ਨੇ ਜਿੱਤ ਕੇ ਜਾਣਾ ਉਹਨਾਂ ਦਾ ਨਾਮ ਬਣਨਾ ਟੀਮਾਂ ਦੋਨੇ ਚੰਗੀਆਂ ਨੇ ਜੱਸੋਵਾਲ ਤੇ ਸੱਜਾਵਾਲ ਕਾਲੂ ਟੁੱਡੀ ਕੇ ਤੇ ਪਟਵਾਰੀ ਸੱਜਾਵਾਲ ਵੱਲੋਂ 500 ਰੁਪਏ ਦਾ ਨਾਮ ਜੇ ਸੱਜਾਵਾਲ ਦੀ ਟੀਮ ਗੋਲ ਕਰੂਗੀ ਤੇ
5000 प्रति गोल सुखजिंदर सिंह जी साडे वीर कनेडा वाले सज्जावाल तो 5000 का इनाम देंगे। जसविंदर सिंह जी सज्जावाल उन्होंने वालों हर एक गोल से 5000 रुपये का इनाम दिता जाएगा। बहुत ही वधिया मैच चलता है, खेड प्रेमी खूब आनंद माणते हैं, क्योंकि टीम सज्जावाल ते जसोवाल जिला लुधियाने दी दोनों टीम 32 टीमों दे विचों नित्र के आईयां। कोई ना दोनों भी डिसीजन लेंगे, काला चचराड़ी ते दिखाण वाला काला, दोनों भी ना धन्यवाद।
हाँ जी हम साड़ी प्रबंधक कमेटी क्लब के नौजवान वीर हॉकी के खिडारी रूमी दे समुचे प्रबंधक वीर वालों क्लब वालों साढ़े बाई कला मरी कोटला उन्होंने आए उन्होंने साथियों का क्लब वालों मान किया जा रहा उन्होंने भी विशेष सन्मान बाई कला मरी कोटला उन्होंने बनता है उन्होंने मान सम्मान दिता जा रहा रूमी नगर वालों हॉकी खिडारियों वालों ਬਾਈ ਕਾਲਾ ਅਮਰੀਕ ਕੋਟਲਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕਾਲਾ ਅਮਰੀਕ ਕੋਟਲਾ ਲਓ ਜੀ ਉੱਧਰ ਧਰਮੀ ਨੇ ਗੋਲ ਕਰਤਾ ਤੇ ਭੰਗੜੇ ਪੈਣ ਲੱਗ ਗਏ ਹਾਂ भंगड़े पाने जश्न मनाने सदके डाट नवाबिया के बच हाकी गोल होंगे गभरू पुत पंजाबियों बहर हो जाओ भी बहर मैच चलता है मैच चलता बहर हो जाओ सज्जा जो बहर हो जाओ बहर हो जाओ मैच चलता जो समा रहा लो जी पलंटी हम पलंटी मिली है जसोवाल की टीम एन कहते भी जो ना कहते पंजाबियों की कहावत जी ठियानी कहते भूगड़े च फसी पई है बहुत बहुत धन्यवाद काला अमरीक कोटला उन्होंने समुचे मित्रों का उन्होंने वीर का बहुत बहुत धन्यवाद करते हैं भाई काला अमरीक कोटला वह भी हाजरी लवा के गए हैं बहुत ही वधिया मैच खूब खेड प्रेमी आनंद माणते हुए क्योंकि फाइनल मैच एक आलोचन के दर्जे वर्गा मैच जिथे जसोवाल ते सज्जावाल दी टीमां
ਬਹੁਤ ਹੀ ਵਧੀਆ ਮੈਚ। ਅੱਜ ਦੀਆਂ ਫਾਈਨਲ ਦੀਆਂ ਟੀਮਾਂ ਸਾਡੇ ਦਰਮਿਆਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਮਾਤਾ ਹਰਬੰਸ ਕੌਰ ਜੀ ਉਹ ਵੀ ਸਾਡੇ ਦਰਮਿਆਨ ਅਚਿੱਚੇ ਤੌਰ ਤੇ ਪਹੁੰਚ ਚੁੱਕੇ ਨੇ। ਉਹਨਾਂ ਦੇ ਨਾਲ ਸਾਡੇ ਹੋਰ ਮਾਤਾ ਜੀ ਉਹਨਾਂ ਨੂੰ ਅਸੀਂ ਜੀਆ ਨੂੰ ਆਖਦੇ ਹਾਂ ਕਿਉਂਕਿ ਮਨਦੀਪ ਸਿੰਘ ਜੀ ਮਾਨਾ ਦਿਆਲ ਉੱਗੇ ਖੇਡ ਪ੍ਰਮੋਟਰ ਕੈਨੇਡਾ ਜੋ ਯੰਗ ਕਲੱਬ ਕੈਨੇਡਾ ਦੇ ਪ੍ਰਮੋਟਰ ਨੇ ਜਿਸ ਪਰਿਵਾਰ ਵੱਲੋਂ ਸਾਨੂੰ 31,000 ਰੁਪਏ ਦਾ ਪਹਿਲਾ ਇਨਾਮ ਦੂਜਾ ਇਨਾਮ ਗਗਨ ਕੈਨੇਡਾ ਤੇ ਲਵਪ੍ਰੀਤ ਸਿੰਘ ਜੀ ਵਧਣੀ ਆਸਟ੍ਰੇਲੀਆ 21,000 ਰੁਪਏ ਦਾ ਇਨਾਮ ਉੱਥੇ ਨਾਲ ਹੀ ਸਾਡੇ ਸੈਨਿਕ ਦੀਆਂ ਟੀਮਾਂ ਨੇ ਸਾਡੇ ਵੀਰ 51,500 ਰੁਪਏ ਸੱਤੂ ਰੱਤੋਵਾਲ ਤੇ ਸੁੱਖ ਰੱਤੋਵਾਲ ਇਹਨਾਂ ਵੱਲੋਂ ਮਨਦੀਪ ਸਿੰਘ ਜੀ ਮਾਨਾ ਦਿਓਲ ਉੱਗੇ ਖੇਡ ਪ੍ਰਮੋਟਰ ਔਰ ਉਹਨਾਂ ਦੇ ਹੁਣ ਹਾਰ ਬੇਟੇ ਹਰਮਨ ਦਿਓਲ ਕੈਨੇਡਾ ਜਿਨ੍ਹਾਂ ਵੱਲੋਂ ਗੋਲਡ ਕੱਪ 1 ਤੋਲੇ ਦਾ ਦਿੱਤਾ ਜਾ ਰਿਹਾ ਉਹਨਾਂ ਦੇ ਮਾਤਾ ਜੀ ਮਨਦੀਪ ਸਿੰਘ ਮਾਨਾ ਦਿਓਲ ਉਹਨਾਂ ਦੇ ਮਾਤਾ ਜੀ ਅਤੇ ਹਰਮਨ ਦਿਓਲ ਉਹਨਾਂ ਦੇ ਹਰਮਨ ਦਿਓਲ ਉਹਨਾਂ ਦੇ ਦਾਦੀ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਮਾਤਾ ਹਰਬੰਸ ਕੌਰ ਜੀ ਬਹੁਤ ਬਹੁਤ ਧੰਨਵਾਦ ਜੀ ਜੀ ਆਇਆਂ ਜਿਨ੍ਹਾਂ ਦੇ ਪਰਿਵਾਰ ਵੱਲੋਂ ਸਾਨੂੰ ਬਹੁਤ ਵੱਡਾ ਯੋਗਦਾਨ ਹੈ ਮਾਤਾ ਹਰਬੰਸ ਕੌਰ ਜੀ ਉਹਨਾਂ ਦੇ ਨਾਲ ਸਾਡੇ ਮਾਤਾ ਜੀ ਪਹੁੰਚੇ ਨੇ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਸਮੁੱਚੇ ਕਲੱਬ ਵੱਲੋਂ ਜੀ ਆਇਆਂ ਬਹੁਤ ਬਹੁਤ ਧੰਨਵਾਦ ਮਾਤਾ ਹਰਬੰਸ ਕੌਰ ਜੀ ਉਹ ਵੀ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦੇ ਨਾਲ ਉਹਨਾਂ ਦੇ ਸਾਡੀ ਮਾਤਾ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਜਿਸ ਪਰਿਵਾਰ ਵੱਲੋਂ ਸਾਨੂੰ 31,000 ਰੁਪਏ ਦਾ ਵੱਡਾ ਯੋਗਦਾਨ ਤੇ ਦੂਜਾ ਜਿਹੜਾ ਹਰਮਨ ਦਿਓਲ ਇਹਨਾਂ ਦੇ ਪੋਤੇ ਜੀ ਉਹਨਾਂ ਵੱਲੋਂ ਹਾਕੀ ਦਾ ਗੋਲਡ ਕੱਪ 1 ਤੋੜੇ ਦਾ ਦਿੱਤਾ ਜਾਣਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਕਾਲਾ ਵੀਰ ਸਾਡਾ ਮਰੇਕੋੜਲਾ ਬਹੁਤ ਸਾਰਾ ਮਾਣ ਭੇਜ ਗਏ ਨੇ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਦਵਿੰਦਰ ਸਿੰਘ ਜੀ ਕੈਨੇਡਾ ਜਿੰਨੇ ਵੀ ਸੱਜਾ ਵਾਲੀ ਟੀਮ ਗੋਲ ਕਰੂ ਹਰ ਇੱਕ ਗੋਲ ਤੇ 1,000 ਰੁਪਏ ਦਾ ਨਾਮ ਤੇ ਜਸਵਿੰਦਰ ਸਿੰਘ ਜੀ ਸੱਜਾ ਵਾਲ ਕੈਨੇਡਾ ਵਾਲੇ ਉਹਨਾਂ ਵੱਲੋਂ 5,000 ਰੁਪਏ ਦਾ ਇਨਾਮ ਦਿੱਤਾ ਜਾਣਾ ਪ੍ਰਤੀ ਗੋਲ 1,000 ਰੁਪਇਆ ਦਵਿੰਦਰ ਸਿੰਘ ਜੀ ਵੱਲੋਂ ਤੇ ਨਾਲ ਸਾਡਾ ਵੀ ਕਾਲੂ ਡੀਕੇ ਤੇ ਪਟਵਾਰੀ ਸਾਡਾ ਵੀ ਸੱਜਾ ਵਾਲ ਉਹਨਾਂ ਵੱਲੋਂ 500 ਰੁਪਏ ਦਾ ਇਨਾਮ ਦੁਬਾਰਾ ਅਸੀਂ ਫਿਰ ਧੰਨਵਾਦ ਕਰਦੇ ਹਾਂ ਮਾਤਾ ਹਰਬੰਸ ਕੌਰ ਜੀ ਉਹਨਾਂ ਨੂੰ ਅਸੀਂ ਜੀਆਂ ਨੂੰ ਆਖਦੇ ਹਾਂ ਬਹੁਤ ਬਹੁਤ ਧੰਨਵਾਦ ਲਓ ਜੀ ਜੱਸੋਵਾਲ ਦੀ ਟੀਮ ਵੱਲੋਂ ਵੀ ਗੋਲ ਦਿੱਤਾ ਗਿਆ ਜੱਸੋਵਾਲ ਦੀ ਟੀਮ ਵੱਲੋਂ ਵੀ ਗੋਲ ਬੈਠ ਜਾਓ ਵੀ ਬੈਠ ਜਾਓ ਹੁਣ ਬੈਠ ਜਾਓ ਦੋਨੇ ਟੀਮਾਂ ਬਰਾਬਰ ਨੇ ਆਪਣੇ ਲਈ ਹਾਂ ਦੇਖੋ ਖਿਡਾਰੀਆਂ ਚ ਕਿੰਨਾ ਪਿਆਰ ਹੈ ਇੱਕ ਦੂਜੇ ਨੂੰ ਪਿਆਰ ਦੇ ਰਹੇ ਨੇ ਤੁਸੀਂ ਵੀ ਤਾੜੀਆਂ ਮਾਰਿਆ ਕਰੋ ਹਾਂਜੀ ਇਹ ਤਿਲਕਣਬਾਜ਼ੀ ਹੈ ਖਿਡਾਰੀ ਤਿਲਕਣਬਾਜ਼ੀ ਹੈ ਖਿਡਾਰੀ ਜਿੱਤ ਵੀ ਜਾਂਦੇ ਨੇ ਤੇ ਖਿਡਾਰੀ ਹਰ ਵੀ ਜਾਂਦੇ ਨੇ
मैदान फतेह करने के लिए कहते मेहनत पूरी करनी पैंदी है, दोनों टीमां मेहनत कर दिया हुई मगर हट जाओ मगर
ਬਾਹਰ ਹੋ ਜਾਓ ਭਰਾ ਬਣ ਕੇ ਆਪਣੇ ਆਪ ਦਾ ਤੁਹਾਡਾ ਆਪ ਦਾ ਖੇਡ ਮੇਲਾ ਮਗਰ ਹਟ ਜਾਓ ਮਗਰ ਚੱਲੋ ਮਗਰ ਕਿਉਂਕਿ ਖਿਡਾਰੀਆਂ ਨੂੰ ਖੁਸ਼ੀ ਦਾ ਜ਼ਾਹਰ ਕਰਨ ਦਿਓ ਤੁਸੀਂ ਬਾਹਰ ਚੱਲੋ ਤਾੜੀਆਂ ਮਾਰਿਆ ਕਰੋ ਬਾਹਰ ਲੈ ਇੱਕ ਬੇਨਤੀ ਆ ਵੀ ਕਿਸੇ ਨੇ ਹੁਣ ਬੱਚ ਨਹੀਂ ਆਉਣਾ ਇੱਧਰ ਸਾਡੇ ਮਾਤਾ ਜੀ ਬੈਠੇ ਨੇ ਮੈਚ ਦੇਖ ਰਹੇ ਨੇ ਕਿਸੇ ਨੇ ਬੱਚ ਨਹੀਂ ਆਉਣਾ ਜਿਹੜਾ ਵੀ ਗੱਲ ਕਰਦਾ ਅੰਪਾਇਰ ਸਾਹਿਬ ਤੁਹਾਨੂੰ ਫੁੱਲਤ ਕਰ ਕਿਉਂਕਿ ਮਾਤਾ ਜੀ ਬੈਠੇ ਨੇ ਜਿਹਨਾਂ ਵੱਲੋਂ ਨਾਮ ਦਿੱਤਾ ਜਾਣਾ ਇਸ ਕਰਕੇ ਬੇਨਤੀ ਆ ਵੀ ਕਾਰਡ ਦਿੱਤਾ ਜਾਵੇ ਜਿਹੜਾ ਵੀ ਖਿਡਾਰੀ ਗੱਲ ਕਰਦਾ ਦੋਨਾਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੋਨਾਂ ਟੀਮਾਂ ਦਾ ਖਿਡਾਰੀਆਂ ਨੂੰ ਬੇਨਤੀ ਹੈ ਪਿਆਰ ਦੇ ਨਾਲ ਇੱਧਰ ਹੋ ਜਾਓ ਸੱਜਾ ਵਾਲੇ ਇੱਧਰ ਹੋ ਜਾਓ ਇੱਧਰ ਹੋ ਜਾਓ ਇੱਧਰ ਹੋ ਜਾਓ ਸੱਜਾ ਵਾਲੀ ਟੀਮ ਨੂੰ ਬੇਨਤੀ ਇੱਧਰ ਹੋ ਬਾਈ ਜੀ ਪਿਆਰ ਨਾਲ ਸੱਜਾ ਵਾਲੇ ਬਾਕੀ ਦੇ ਵੀਰ ਬਾਹਰ ਹੋ ਜਾਓ ਇਕੱਲੇ ਖਿਡਾਰੀ ਹੋਣੇ ਚਾਹੀਦੇ ਆ ਵੀਰਾਂ ਨੂੰ ਬੇਨਤੀ ਆ ਤੁਹਾਡੇ ਆਪ ਦੇ ਖਿਡਾਰੀ ਆ ਦੋਨੇ ਟੀਮਾਂ ਦੇ ਇੱਧਰ ਆ ਜਾਓ ਖਿਡਾਰੀ ਇੱਧਰ ਆ ਜਾਣ ਖਿਡਾਰੀ ਇੱਧਰ ਆ ਜਾ ਸੱਜਾ ਵਾਲਿਆਂ ਨੂੰ ਬੇਨਤੀ ਆ ਵੀ ਉੱਧਰ ਚਲੇ ਜਾਣ ਇਹਨਾਂ ਦੇ ਸਪੋਰਟ ਟੀਮਾਂ ਦੇ ਖਿਡਾਰੀ ਇੱਧਰ ਆ ਜਾ ਕਿਸੇ ਨੇ ਰੌਲਾ ਨਹੀਂ ਪਾਉਣਾ ਪਿਆਰ ਦੇ ਨਾਲ ਤਾੜੀਆਂ ਮਾਰੋ ਦੋਨਾਂ ਟੀਮਾਂ ਲਈ ਕਿਉਂਕਿ ਦਰਸ਼ਕ ਜਿਹੜੇ ਦਾ ਰੂਪ ਹੁੰਦੇ ਆ ਤਾੜੀ ਮਾਰਦੇ ਆ ਦੋਨਾਂ ਟੀਮਾਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਕੀ ਦੇ ਵੀ ਬਾਹਰ ਹੋ ਗਏ ਇਕੱਲੇ ਖਿਡਾਰੀ ਗਰਾਊਂਡ ਦੇ ਵਿੱਚ ਹੋਣ ਦੋਨਾਂ ਟੀਮਾਂ ਨੂੰ ਲੱਖ ਲੱਖ ਵਧਾਈ ਹੈ